ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਕੱਲ ਮੀਡੀਆ ਦੇ ਉੱਤੇ ਬੜੀਆਂ ਖਬਰਾਂ ਚੱਲ ਰਹੀਆਂ ਵੈਂ ਕਿ ਦਰਬਾਰ ਸਾਹਿਬ ਨੂੰ ਅਸੀਂ ਵਿਸ਼ਨੂ ਦਾ ਮੰਦਿਰ ਬਣਾਵਾਂਗੇ ਤੇ ਜਥੇਦਾਰ ਨੇ ਉਹਦਾ ਐਸਾ ਕਰਾਰਾ ਜਵਾਬ ਦਿੱਤਾ ਵਾ ਕਮਾਲ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਥੇਦਾਰ ਦਾ ਜਵਾਬ ਦਿਖਾਂਗੇ ਤੇ ਜਿਹੜੇ ਹਿੰਦੂ ਸਾਸ਼ਾ ਕਰਨ ਰਿਹਾ ਉਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨੇ ਜਥੇਦਾਰ ਜੀ ਇਹਨਾਂ ਦੇ ਵਿੱਚ ਕਈਆਂ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਗੋਲਡਨ ਟੈਂਪਲ ਬਿਲੋਂਗਸ ਟੂ ਹਿੰਦੂਸ we will take it ਉਸਦੇ ਬਾਅਦ ਵਿੱਚ ਇੱਕ ਜਗ੍ਹਾ ਤੇ ਕਾਫੀ ਵਾਇਰਲ ਹੋ ਰਿਹਾ ਹੈ ਕਿ ਹਿੰਦੂਓਂ ਰਾਮ ਮੰਦਰ ਕੇ ਬਾਅਦ ਹਾਂ ਮੇ ਅੰਮ੍ਰਿਤਸਰ ਕੇ ਵਿਸ਼ਨੂ ਮੰਦਰ ਕੇ ਲਈ ਵੀ ਲੜਾਈ ਕਰਨੀ ਹੈ ਜਿਸ ਪਰ ਸਿੱਖੋਂ ਨੇ ਸਵਰਨ ਮੰਦਰ ਕੇ ਇੱਕ ਕਬਜ਼ਾ ਕੀਤਾ ਹੋਇਆ ਹੈ ਤੇ ਬਿਲਕੁਲ ਤੁਸੀਂ ਪੂਰੀ ਤਿਆਰੀ ਕਰਕੇ ਆਇਆ ਕਿਉਂਕਿ ਇਸ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਹੋ ਗਿਆ ਜਾਂ ਮਸਾ ਰਗੜ ਹੋ ਗਿਆ ਜਾਂ 1984 ਦੇ ਵਿੱਚ ਦੀ ਜਿਹੜੀ ਹਿੰਦ ਹਕੂਮਤ ਉਹਨਾਂ ਨੇ ਵੀ ਦਰਬਾਰ ਸਾਹਿਬ ਤੇ ਸਮੇਂ ਸਮੇਂ ਤੇ ਪੁਨਰਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਤੇ ਜੋ ਅਗੋਂ ਗੁਰੂ ਕੇ ਲਾਲਾ ਨੇ ਜਵਾਬ ਦਿੱਤਾ ਏ ਉਹ ਸਿੱਖ ਅੱਜ ਵੀ ਉਹੀ ਨੇ ਜੋ ਅੱਜ ਤੋਂ 300 ਜਾਂ 400 ਸਾਲ ਪਹਿਲਾਂ ਸੀ ਸਿੱਖਾਂ ਦੀ ਤਸਵੀਰ ਦੇ ਵਿੱਚ ਸਿੱਖਾਂ ਦੀ ਤਸਵੀਰ ਦੇ ਵਿੱਚ ਕੋਈ ਇਹੋ ਜਿਹਾ ਅਜੇ ਫਰਕ ਨਹੀਂ ਆਇਆ ਕੀ ਕਹੋਗੇ ਜਹਦਾਨੀ ਦੇਖੋ ਸਰਦਾਰ ਜੀ ਅਸੀਂ ਪਹਿਲਾਂ ਤੇ ਨਾ ਬੰਦਿਆਂ ਨੂੰ ਇਹ ਪੁੱਛੇ ਵੀ ਤੁਹਾਨੂੰ ਇਹ ਪਤਾ ਵੀ ਵਿਸ਼ਨੂੰ ਮੰਦਿਰ ਦਾ ਤੇ ਦਰਬਾਰ ਸਾਹਿਬ ਦਾ ਫਰਕ ਕੀ ਆ ਹੂੰ ਪਹਿਲੀ ਗੱਲ ਇਹ ਜੀ ਆਪਾਂ ਬਹੁਤ ਵਾਰੀ ਇਹ ਕਲੀਅਰ ਕਰਿਆ ਆ ਕਿ ਇਹ ਦਰਬਾਰ ਸਾਹਿਬ ਆ ਹੂੰ ਤੇ ਇਹਨੂੰ ਆਪਾਂ ਕਹਿੰਨੇ ਵੱਡਾ ਤੇਰਾ ਦਰਬਾਰ ਸੱਚਾ ਤਉ ਤਖਤ ਜੀ ਜੀ ਤੇ ਇੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤਖਤੇ ਕੀਤਾ ਗਿਆ ਚੰਦੂਆ ਲੱਗਦਾ ਉਹ ਇਹਨੂੰ ਆਪਾਂ ਦਰਬਾਰ ਕਹਿੰਨੇ ਪਹਿਲੀ ਗੱਲ ਇਹ ਅਸੀਂ ਇਹਨੂੰ ਸਵਰਨ ਮੰਦਰ ਨਹੀਂ ਕਹਿੰਦੇ ਸਵਰਨ ਮੰਦਰ ਨਹੀਂ ਕਹਿੰਦੇ ਕਹਿਣਾ ਹੀ ਨਹੀਂ ਸਵਰਨ ਮੰਦਰ ਹੈ ਹੀ ਨਹੀਂ ਜੀ ਬਿਲਕੁਲ ਇਹ ਹੈ ਗੱਲ ਵੀ ਆਜ ਦੇਖੋ ਯਾਰ ਗੁਰਬਾਣੀ ਨੇ ਕੀਤਾ ਵੱਡਾ ਤੇਰਾ ਦਰਬਾਰ ਸੱਚਾ ਤਉ ਤਖਤ ਜੀ ਔਰ ਸਾਰੀ ਦਰਬਾਰ ਦੀ ਮਰਿਆਦਾ ਹੋਈ ਹੁਣ ਇਹ ਆ ਵੀ ਜਿਹੜਾ ਇਹਨਾਂ ਨੂੰ ਪਿੱਛੇ ਵੀ ਤੁਹਾਨੂੰ ਇਹ ਪਤਾ ਵੀ ਵਿਸ਼ਨੂੰ ਮੰਦਿਰ ਦਾ ਤੇ ਦਰਬਾਰ ਸਾਹਿਬ ਦਾ ਫਰਕ ਕੀ ਹੈ ਹੂੰ ਹੂੰ ਇਹ ਫਰਕ ਤੁਹਾਨੂੰ ਮੈਂ ਦੱਸਣ ਲੱਗਾ ਹੂੰ ਹੁਣ ਜਿਹੜਾ ਦਰਬਾਰ ਸਾਹਿਬ ਆ ਇਹਦੇ ਚਾਰ ਦਰਵਾਜ਼ੇ ਆ ਬਿਲਕੁਲ ਜੀ ਇੱਕ ਗੱਲ ਦੂਜੀ ਗੱਲ ਇਹ ਜਿਹੜੇ ਹਿੰਦੂਆਂ ਦੇ ਮੰਦਿਰ ਆ ਇਹ ਕਹਿੰਦੇ ਆ ਵੀ ਰੱਬ ਪੂਰਬ ਵਾਲਿਆ ਦੇ ਦਰਵਾਜ਼ਾ ਪੂਰਬ ਵਾਲ ਰੱਖਦੇ ਆ ਹੂੰ ਹੂੰ ਜਿਹੜੇ ਮੁਸਲਮਾਨ ਆ ਉਹ ਮਸਜਿਦ ਦਾ ਮੂੰਹ ਜਿਹੜਾ ਉਹ ਪਛਮ ਵੱਲ ਬਿਲਕੁਲ ਜੀ ਰੱਖਦੇ ਆ ਨਾ ਜੀ ਬਿਲਕੁਲ ਸਹੀ ਫਾਲ ਹੁਣ ਇਹਨਾਂ ਨੂੰ ਪੁੱਛੇ ਵੀ ਤੁਹਾਨੂੰ ਪਹਿਲਾਂ ਮੰਦਿਰ ਦੇ ਤੇ ਗੁਰਦੁਆਰੇ ਦੇ ਤੇ ਦਰਵਾਜ਼ੇ ਦਾ ਫਰਕ ਪਣਾ ਹੋਣਾ ਚਾਹੀਦਾ ਤੁਹਾਨੂੰ ਉਦਾਂ ਹੀ ਪਤਾ ਹੋਣਾ ਚਾਹੀਦਾ ਵੀ ਵਿਸ਼ਨੂੰ ਦਾ ਮੰਦਿਰ ਨਹੀਂ ਹੈ ਬੜਾ ਵਧੀਆ ਜਵਾਬ ਵਿਸ਼ਨੂੰ ਦਾ ਮੰਦਿਰ ਹੋਵੇ ਤੇ ਦਾ ਇੱਕ ਦਰਵਾਜ਼ਾ ਹੋਵੇ ਜੀ ਹਮ ਚਾਰ ਦਰਵਾਜ਼ੇ ਹਮ ਉਪਦੇਸ਼ ਚੋਂ ਵਰਨਾ ਕੋ ਸਾਂਝਾ ਤੇ ਉਸ ਤੋਂ ਬਾਅਦ ਫਿਰ ਸਾਂਝਾ ਕਿਦਾਂ ਕੀ ਕਿਦਾਂ ਕੀਤਾ ਚਾਰ ਵਰਨ ਗੁਰਸਿੱਖ ਕਰ ਗੁਰਮਖ ਸੱਚਾ ਪੰਥ ਚ ਲਾਇਆ ਇਹ ਮੈਂ ਤਾਂ ਨੋਟ ਕਰਦਾ ਵੀ ਇਹ ਗੱਲ ਗੋਲ ਮੋਲ ਨਹੀਂ ਹੋ ਸਕਦੀ ਹੁਣ ਮੰਦਰ ਦਾ ਤੇ ਇਹ ਦਰਬਾਰ ਦਾ ਭਾਈ ਫਰਕ ਤੁਸੀਂ ਆਪ ਦੇਖ ਲਓ ਹਮ ਹਮ ਵੀ ਇਹ ਵਿਸ਼ਨੂੰ ਦਾ ਮੰਦਰ ਤੁਸੀਂ ਬਣਾਓਗੇ ਕਿਦਾਂ ਹਮ ਹਮ ਮੰਦਰ ਨੂੰ ਇੱਕ ਦਰਵਾਜਾ ਦਰਬਾਰ ਨੂੰ ਚਾਰ ਦਰਵਾਜੇ ਜੀ ਦੂਜੀ ਗੱਲ ਇਹ ਕੰਪਲੈਕਸ ਹੈ ਤੇ ਸਾਹਮਣੇ ਕਾਲ ਤਖਤ ਵੀ ਹੈਗਾ ਸੇਵਾ ਨਹੀਂ ਪਸ਼ਾ ਅਕਾਲ ਤਖਤ ਜਿਹੜੀ ਸਾਡਾ ਆਪਣੀ ਪਛਾਣ ਆ ਜੀ ਦੂਜੀ ਗੱਲ ਤੁਸੀਂ ਕਰੀ ਦਿੱਤੀ ਉਹ ਮੈਂ ਨਹੀਂ ਕਹਿਣੀ ਚਾਹੁੰਦਾ ਬਈ ਇਹ ਭਾਈ ਉਥੇ ਦਰਬਾਰ ਸਾਹਿਬ ਨੂੰ ਮੰਦਿਰ ਬਣਾ ਕੇ ਕਬਜ਼ਾ ਕਰਨਾ ਕੋ ਬੱਚਿਆਂ ਦਾ ਖੇਲ ਨਹੀਂ ਇੱਥੇ ਜਿਹੜੇ ਵੱਡ-ਵੱਡੇ ਸਮਰਾਟ ਆਏ ਉਹਨਾਂ ਦੀ ਅਗਲੇ ਨਗੂਟੀਆਂ ਲਵਾਤੀ ਜੀ ਜੀ ਅਹਿਮ ਦੀ ਸ਼ਾਬਦਲੀ ਉਸ ਵੇਲੇ ਦਾ ਏਸ਼ੀਆ ਦਾ ਸਭ ਤੋਂ ਵੱਡਾ ਤਾਕਤਵਰ ਜਰਨੈਲ ਹਮ ਹਮ ਔਰ ਛੇਕੜ ਗੋਟਨੀਆਂ ਤੇ ਕੇ ਗਿਆ ਸਿੱਖਾਂ ਦੇ ਮੋਹਰੇ ਵੀ ਮੇਰਕੋ ਦਰਬਾਰ ਸਾਹਿਬ ਤੇ ਜਿਹੜਾ ਸਰੋਵਰ ਪੂਰਨਾ ਵੀ ਮੇਰੀ ਗਲਤੀ ਸੀ ਜੀ ਜਿਹੜਾ ਨਰਮਨ ਸਾਹਿਬ ਨੂੰ ਮੈਂ ਬੰਬਨਾ ਡਾਇਆ ਉਹ ਵੀ ਮੇਰੀ ਗਲਤੀ ਸੀ ਹਮ ਬੜਬੜੇ ਜਿਹੜੇ ਸੀ ਭਾਈ ਉਹ ਇੱਥੇ ਗੋਟਨੀ ਲਵਾ ਕੇ ਚਲੇ ਗਏ ਦਰਬਾਰ ਸਾਹਿਬ ਨੂੰ ਵਿਸ਼ਨੂੰ ਦਾ ਮੰਦਿਰ ਬਣਾਉਣਾ ਕੋ ਬੱਚਿਆਂ ਦਾ ਖੇਡ ਨਹੀਂ ਹੈ ਇਹ ਭਾਈ ਅਸੀਂ ਨਹੀਂ ਕਹਿੰਦੇ ਪਰ ਇਤਿਹਾਸ ਥੋੜਾ ਜਿਹਾ ਪੜ ਲਓ ਤੇ ਸੋਚ ਵਿਚਾਰ ਲਓ ਇਹ ਹਿੰਦੂ ਇਹ ਨਹੀਂ ਵੀ ਤੁਸੀਂ ਇਹ 81 ਜੇ ਹਿੰਦੂਆਂ ਦੀਆਂ ਪੀੜਾਂ ਇਕੱਠੇ ਹੋ ਕੇ ਤੇ ਨਿਹੱਥੇ ਸਿੱਖਾਂ ਨੂੰ ਫੜ ਕੇ ਮਾਰ ਦੇਵੋਗੇ ਲੈ ਲਿਆ ਦਰਬਾਰ ਸਾਹਿਬ ਆ ਇਹਦੇ ਪਿੱਛੇ ਪੂਰਾ ਪੰਥ ਖੜਾ ਜੀ ਹੋਰ ਪੰਥ ਦੀ ਹੋਂਦ ਜਿਹੜੀ ਉਹ ਹਮੇਸ਼ਾ ਰਹਿਣੀ ਹੈ ਮਟਾਉਣ ਵਾਲਾ ਬਗੂ ਪੈਦਾ ਨਹੀਂ ਹੋਇਆ ਇਸ ਕਰਕੇ ਇਹਨਾਂ ਨੂੰ ਪਹਿਲਾਂ ਤੇ ਇਹ ਸੋਚ ਲੈਣਾ ਚਾਹੀਦਾ ਵੀ ਇਹ ਵਿਸ਼ਨੂੰ ਦਾ ਮੰਦਰ ਨਹੀਂ ਭਾਈ ਇਹ ਦਰਬਾਰ ਆ ਵਿਸ਼ਨੂੰ ਦਾ ਮੰਦਰ ਹੋਵੇ ਤੇ ਇੱਕ ਦਰਵਾਜ਼ਾ ਹੋਵੇ ਇੱਥੇ ਚਾਰ ਦਰਵਾਜ਼ੇ ਆ ਦੂਆ ਇਹਦੇ ਨਾਲ ਸਾਡਾ ਇਤਿਹਾਸ ਖੜਾ ਮੇਰਾ ਖਿਆਲ ਹੈ ਵੀ ਇੰਨੀ ਕੀ ਗੱਲਾਂ ਨੂੰ ਸਮਝ ਲੈਣੀ ਚਾਹੀਦੀ ਹੈ ਬਿਲਕੁਲ ਹੀ ਪ੍ਰੋਗਰਾਮ ਦੇ ਹਕੀਰ ਤੇ ਆਪਾਂ ਪਹੁੰਚ ਚੁੱਕੇ ਹਾਂ ਤੇ ਕਿਤਨਾ ਕਿਤੇ ਕਾਫੀ ਕੁਝ ਇਸ ਪ੍ਰੋਗਰਾਮ ਦੇ ਵਿੱਚ ਸਿੱਧ ਹੋਇਆ ਹੈਗਾ ਤੇ ਦੂਜੇ ਪੱਨੇ ਜਿਹੜੇ ਲੋਕ ਜਾਂ ਜਿਹੜੇ ਆਪਣੇ ਆਪ ਨੂੰ ਸਨਾਤਨੀ ਸਿੱਖ ਖਵਾਉਂਦੇ ਹੈਗੇ ਨੇ ਉਹਨਾਂ ਨੂੰ ਅਸੀਂ ਵੀ ਬੇਨਤੀ ਕਰਾਂਗੇ ਕਿ ਜਦੋਂ ਅਯੁੱਧਿਆ ਦੀ ਆਪਾਂ ਗੱਲਬਾਤ ਕਰਦੇ ਹਾਂ ਤੇ ਪੁਰਾਣੇ ਸਰੋਤਾ ਤੋਂ ਪਤਾ ਲੱਗਦਾ ਹੈ ਕਿ ਅਯੁੱਧਿਆ ਸ਼ਹਿਰ ਦੇ ਵਿੱਚ ਨੌ ਸਥਾਨ ਸਨ ਜੋ ਕਿ ਪਹਿਲੀ ਪਾਸ਼ਾਹੀ ਨੌਵੀਂ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਦੀ ਚਰਨਸ਼ੋਭਾ ਪ੍ਰਾਪਤ ਸਨ ਜਦੋਂ ਭਾਈ ਧੰਨਾ ਸਿੰਘ ਜੀ April 1931 ਦੇ ਵਿੱਚ ਯੋਧਿਆ ਦੀ ਯਾਤਰਾ ਤੇ ਜਾਂਦੇ ਨੇ ਤੇ 9 ਦੇ ਵਿੱਚੋਂ 7 ਗੁਰਤਮਾ ਦੀ ਨਿਸ਼ਾਨਦੇਹੀ ਹੁੰਦੀ ਹੈ 7ਾਂ ਜੋ ਚਾਰ ਦੀ ਸਾਮ ਸੰਭਾਲ ਜਿਹੜੀ ਹੈ ਸਿੱਖਾਂ ਦੇ ਪਾਸ ਹੁੰਦੀ ਹੈ ਤਿੰਨਾਂ ਦੀ ਜਿਹੜੀ ਸਾਮ ਸੰਭਾਲ ਹੈ ਬਰਾਗੀਆਂ ਜਾਂ ਜਿਹੜੇ ਉੱਥੋਂ ਦੇ ਬ੍ਰਿੰਦ ਬਣੀ ਜਾਂ ਉਦਾਸੀ ਲੋਕ ਨੇ ਉਹਨਾਂ ਦੇ ਕੋਲ ਹੁੰਦੀ ਹੈ ਪਰ ਜੇ ਜੋ ਕੇ ਸਮੇਂ ਦੀ ਗੱਲ ਕਰੀਏ ਤੇ ਉੱਥੇ ਮੇਰਾ ਖਿਆਲ 2 ਜਾਂ 3 ਸਥਾਨ ਹੀ ਰਹਿ ਗਏ ਨੇ ਤੇ ਅਸੀਂ ਇਹਨਾਂ ਨੂੰ ਕਵਾਂਗੇ ਕਿ ਤੁਸੀਂ ਵੀ ਜਿਹੜੀ ਹੈ ਆਪਣੇ ਆਕਾ ਨੂੰ ਬੇਨਤੀ ਕਰੋ ਦੂਜੇ ਬੰਨੇ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਹੈ ਉਹਨਾਂ ਬਾਰੇ ਕਹੋ ਮੰਗੂ ਮੱਠ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਗੁਰਦੁਆਰਾ ਡਾਂਗਮਾਰ ਬਾਰੇ ਗੱਲਬਾਤ ਕਰ ਸਕਦੇ ਹੋ ਕਿ ਜਿਹੜੇ ਸਿੱਖ ਸਥਾਨਾਂ ਤੇ ਅਜੋਕੇ ਭਾਰੰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੀ ਅਗਵਾਈ ਵਾਲੀ ਸਰਕਾਰ ਜਿਸ ਨੂੰ ਕਿ ਇਹ ਲੋਕ ਵੱਡੇ ਪੱਧਰ ਤੇ ਪ੍ਰਚਾਰ ਦੇ ਰਹੇ ਨੇ ਕਿ ਸਿੱਖਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਨੇ ਉਹਨਾਂ ਦੇ ਕੋਲੋਂ ਜਿਹੜੇ ਹੈਗੇ ਸਿੱਖਾਂ ਦੇ ਗੁਰਦੁਆਰੇ ਸਿੱਖਾਂ ਦੇ ਜਿਹੜੇ ਗੁਰਤਾਮ ਨੇ ਇਹਨਾਂ ਨੂੰ ਤੁਸੀਂ ਆਜ਼ਾਦ ਕਰਵਾਓ ਤੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਤੇ ਅਖੀਰ ਦੇ ਵਿੱਚ ਜਥੇਦਾਰ ਹੋਣਾਂ ਧਰਮਾਧਰਿਆਂ ਦਾ ਦਸ਼ਕਾਂ ਧੰਨਵਾਦ ਕਰਦੇ ਆਂ ਫਤਿਹ ਦੀ ਸਾਂਝ ਪੁਰ ਬੀਰੋ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਉੱਥੇ ਉਹਨਾਂ ਨੇ ਆਪਣਾ ਮੰਦਿਰ ਬਣਾਇਆ ਉਸ ਦਿਨ ਦਾ ਜਿਹੜੇ ਹਿੰਦੂ ਐ ਉਹ ਤਰ੍ਹਾਂ ਤਰ੍ਹਾਂ ਦੀਆਂ ਬੜਕਾਂ ਮਾਰਨ ਦੇ ਆ ਤੇ ਹੁਣ ਐ ਮੀਡੀਆ ਤੇ ਤੁਸੀਂ ਦੇਖਿਆ ਕਿ ਖਬਰਾਂ ਚੱਲਣੀਆਂ ਵੈਂ ਕਾਫੀ ਖਬਰਾਂ ਦੇ ਵਿੱਚ ਵੀ ਬਿਆਨ ਦੇਂਦੇ ਐ ਕਿ ਦਰਬਾਰ ਸਾਹਿਬ ਨੂੰ ਸਾਡਾ ਵੈ ਦਰਬਾਰ ਸਾਹਿਬ ਸਿੱਖਾਂ ਦਾ ਵੈ ਕਿਉਂਕਿ ਇਹਨੂੰ ਹਰਮੰਦਰ ਸਾਹਿਬ ਕਹਿੰਦੇ ਐ ਸੁਨ ਮੰਦਰ ਕਹਿੰਦੇ ਐ ਗੋਲਡਨ ਟੈਂਪਲ ਕਹਿੰਦੇ ਐ ਇਹ ਸਾਡਾ ਵੈ ਤੇ ਇਹਦੇ ਉੱਤੇ ਅਸੀਂ ਦੁਬਾਰਾ ਹੁਣ ਦੇਖ ਰਹੇ ਹਾਂ ਅਸੀਂ ਇਹਨੂੰ ਦੁਬਾਰਾ ਜਿਹੜਾ ਦਰਬਾਰ ਸਾਹਿਬ ਐ ਇਹਨੂੰ ਅਸੀਂ ਵਿਸ਼ਨੂੰ ਦਾ ਮੰਦਰ ਬਣਾਵਾਂਗੇ ਤੇ ਵੀਰ ਉਹ ਇਹ ਗੱਲ ਮੈਂ ਕਾਫੀ ਜ਼ਿਆਦਾ ਮੈਂ ਵੀ ਕਈ ਸਿੱਖਾਂ ਕੋ ਸੁਣੀ ਐ ਕਿ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਕਹਿੰਦੇ ਆ ਜਿਹੜਾ ਕਿ ਮੈਂ ਕਈ ਆਪਣੀ ਵੀਡੀਓ ਦੇ ਵਿੱਚ ਪਹਿਲੀ ਵੀ ਕਹਿ ਚੁੱਕਿਆ ਮੈਂ ਕਿ ਦਰਬਾਰ ਸਾਹਿਬ ਨੂੰ ਜਦੋਂ ਦਾ ਮੈਨੂੰ ਪਤਾ ਚੱਲਿਆ ਵੀਰੋ ਮੈਂ ਦਰਬਾਰ ਸਾਹਿਬ ਵੀ ਸ਼ਬਦ ਯੂਜ਼ ਕਰਨਾ ਹੈ 골ਡਨ ਟੈਂਪਲ ਹਰਮੰਦਰ ਸਾਹਿਬ ਜਾਂ ਦੂਸਰੇ ਕੋਈ ਵੀ ਜਿਹੜਾ ਸ਼ਬਦ ਹੈਗੇ ਆ ਸਵਨ ਮੰਦਰ ਇਹ ਵੀਰੋ ਲਫ਼ਜ਼ ਮੈਂ ਇਸਤੇਮਾਲ ਨਹੀਂ ਕਰਦਾ ਕਿਉਂਕਿ ਦਰਬਾਰ ਸਾਹਿਬ ਸਿੱਖਾਂ ਦਾ ਪਵਿੱਤਰ ਅਸਥਾਨ ਹੈ ਉਹਨਾਂ ਦੀ ਪੂਰੀ ਆਸਥਾ ਦਿੱਤੇ ਹੈ ਤੇ ਬਾਕੀ ਵੀਰੋ ਇੱਥੇ ਤੇ ਬੜੇ ਬੜਾ ਨੇ ਜਿਸ ਤਰ੍ਹਾਂ ਜਥੇਦਾਰ ਨੇ ਇਹ ਬੜਿਆਂ ਬੜਿਆਂ ਨੇ ਜਿਹੜੇ ਤਾਕਤਵਰ ਸੀ ਉਹਨਾਂ ਨੇ ਬੜੀਆਂ ਟਰਾਈਆਂ ਕੀਤੀਆਂ ਬੜੇ ਬੜੇ ਜ਼ਾਲਿਮਾਂ ਨੇ ਅਹਿਮਦ ਸ਼ਾ ਅਬਦਾਲੀ ਮੁਗਲਾਂ ਨੇ ਫਿਰ 1984 ਦੇ ਵਿੱਚ ਜਿਸ ਤਰ੍ਹਾਂ ਕਿ ਜੂਨ ਦੁਬਾਰਾ ਫਿਰ ਵੀਰੋ ਆ ਰਿਹਾ ਵਾ ਇੱਕ ਐਸਾ ਸੋਗਵਾਰ ਲਮਹਾਂਤ ਐਸਾ ਐਸੀਆਂ ਜ਼ਿਆਦਾ ਕਿ ਜਿਹੜੀਆਂ ਦੁਬਾਰਾ ਤੋਂ ਸਿੱਖਾਂ ਦਾ ਖੂਨ ਤਾਜ਼ਾ ਕਰ ਦਿੰਦੀਆਂ ਵਾ ਉਹਨਾਂ ਦੇ ਜ਼ਖਮਾਂ ਨੂੰ ਦੁਬਾਰਾ ਤੋਂ ਕਰੇ ਦਿੰਦੀਆਂ ਵਾ ਤੇ ਵੀਰੋ ਉਦੋਂ ਵੀ ਦੇਖੋ ਕਿੰਨੇ ਜ਼ਿਆਦਾ ਮਾਸੂਮ ਸਿੱਖਾਂ ਦਾ ਕਤਲ ਆਮ ਕੀਤਾ ਗਿਆ ਦਰਬਾਰ ਸਾਹਿਬ ਤੇ ਕਿਸ ਤਰ੍ਹਾਂ ਗੋਲਾਬਾਰੀ ਕੀਤੀ ਗਈ ਹਰ ਉਹਨਾਂ ਨੇ ਆਪਣਾ ਏੜੀ ਝੋਟੀ ਦਾ ਜ਼ੋਰ ਲਾ ਲਿਆ ਲੇਕਿਨ ਦਰਬਾਰ ਸਾਹਿਬ ਨੂੰ ਫਿਰ ਵੀ ਸਿੱਖ ਜਿਹੜੇ ਆ ਉਹ ਉਸਰਾਂ ਦੇ ਉਥਾਂ ਹੀ ਕਾਇਮ ਹੈਗੇ ਆ ਤੇ ਵੀਰੋ ਇਹ ਜਿਹੜੇ ਸਿੱਖ ਹੈ ਨਾ Hindu ਸਾਰੇ Hindu ਨਹੀਂ Hindu ਭਾਈਚਾਰਾ ਬਹੁਤ ਚੰਗਾ ਭਾਈਚਾਰਾ ਹੈ ਲੇਕਿਨ ਵਿੱਚ ਕੁਝ ਸ਼ਰਾਰਤੀ ਅਨਾਸਰ ਮੌਜੂਦ ਹੈ ਜਿਹੜੇ ਕਿ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਦੇ ਆ ਕਿ ਤਾਂ ਕਿ ਸਿੱਖ ਤੇ Hindu ਦਾ ਜਿਹੜਾ ਭਾਈਚਾਰਾ ਵਾ ਉਹ ਖਤਮ ਹੋ ਜਾਵੇ ਇਹਨਾਂ ਵਿੱਚ ਨਫਰਤ ਦਾ ਪੈਦਾ ਹੋ ਜਾਣਾ ਤੇ ਇੱਕ ਦੂਸਰੇ ਦੇ ਖਿਲਾਫ ਹੋ ਜਾਣ ਤੇ ਹੁਣ ਹਿੰਦੂ ਤੇ ਸਿੱਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਸ਼ਰਾਰਤੀ ਨਾਸਰ ਹੈ ਜੋ ਸ਼ੈਤਾਨ ਲੋਗ ਹੈ ਉਹਨਾਂ ਨੂੰ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਤੇ ਜੱਥੇਦਾਰ ਜੀ ਨੇ ਬੜਾ ਹੀ ਵਧੀਆ ਤੇ ਮੈਨੂੰ ਬੜਾ ਪਸੰਦ ਆਇਆ ਜਵਾਬ ਦਿੱਤਾ ਕਿ ਦਰਬਾਰ ਸਾਹਿਬ ਨੂੰ ਕੋਈ ਮਾਈ ਦਾ ਲਾਲ ਆ ਕੇ ਉਹ ਨੂੰ ਮੰਦਰ ਦੇ ਵਿੱਚ ਤਬਦੀਲ ਨਹੀਂ ਕਰ ਸਕਦਾ ਜੋ ਮਰਜੀ ਗੁਜਨਾ ਮਜੀ ਟੇ ਲਾਲ ਵੀਰੋ ਬੜਾ ਮਜ਼ਾ ਆਇਆ ਬਹੁਤ ਵਧੀਆ ਮੈਨੂੰ ਬਿਆਨ ਲੱਗਾ ਜੱਥੇਦਾਰ ਦਾ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੇ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਰ ਰੱਖਿਓ ਯਾਦ ਰੱਖਿਓ ਅੱਲਾਹ ਹਾਫਿਜ਼